ਦਰਸ਼ਕਾਂ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਸੀਂ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿਉਂਕਿ ਸਾਨੂੰ ਮੈਸੇਜ ਜਿਸ ਤਰ੍ਹਾਂ ਕਿ ਮਿਲ ਚੁੱਕੇ ਨੇ, ਅਸੀਂ ਥੋੜ੍ਹੇ ਹੀ ਪਲਾਂ ਵਿੱਚ ਇਸ ਉਹਨਾਂ ਨੂੰ ਸ਼ੇਅਰ ਕਰਨ ਜਾ ਰਹੇ ਹਾਂ, ਪਰ ਉਹ ਤੋਂ ਪਹਿਲਾਂ ਅੱਜ ਦਾ ਜੋ ਅਹਿਮ ਇਸ਼ੂ ਹੈ ਉਹ ਹੋਵੇਗਾ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਜੋ ਯੂਟਿਊਬ ਹੈ ਕਿਸੇ ਵਜ੍ਹਾ ਕਰਕੇ ਨਹੀਂ ਚੱਲ ਰਿਹਾ, ਸੋ ਤੁਸੀਂ ਰਿਕਾਰਡਡ ਸਾਡੇ ਪ੍ਰੋਗਰਾਮ ਦੇਖ ਸਕਦੇ ਹੋ, ਔਰ ਆਪਣੇ ਕਮੈਂਟਸ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਭੇਜ ਸਕਦੇ ਹੋ, ਔਰ ਸਾਡੀ ਜੋ ਈਮੇਲ ਆਈਡੀ ਹੈ ਉਸ 'ਤੇ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ। ਥੈਂਕ ਯੂ ਸੋ ਮਚ, ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਭੈਣ ਜੀ, ਅਮਨਜੋਤ ਕੌਰ ਜਿਹੜੇ ਹਰ ਸਥਿਤੀ ਦੇ ਉੱਤੇ ਸਿਚੁਏਸ਼ਨ 'ਤੇ ਬਾਜ ਅੱਖ ਰੱਖਦੇ ਨੇ ਜੀ, ਔਰ ਖਾਸ ਤੌਰ 'ਤੇ ਪੰਜਾਬ 'ਚ ਚੋਣਾਂ ਦਾ ਅਖੀਰਲਾ ਹਫ਼ਤਾ ਪ੍ਰਚਾਰ ਮੁਹਿੰਮ ਚੱਲ ਰਹੀ ਹੈ, ਰਾਹੁਲ ਗਾਂਧੀ ਵੀ ਆਇਆ ਪੰਜਾਬ 'ਚ, ਪ੍ਰਿਯੰਕਾ ਵੀ ਆਈ ਪੰਜਾਬ ਦੀ ਨੂੰਹ ਬਣ ਕੇ, ਮੇਰਾ ਘਰ ਵਾਲਾ ਪੰਜਾਬੀ ਹੈ ਵੀ ਕਹਿੰਦੀ ਹੈ, ਨਾਲ ਬੋਲੇ ਸੋ ਉਹਨੇ ਹਾਲ ਵੀ ਕਰ ਦਿੱਤਾ ਹੈ, ਔਰ ਦੇਖਣ ਵਾਲਾ ਹਾਲ ਹੁੰਦਾ ਹੈ। ਬਠਿੰਡੇ 'ਚ ਬੋਲ ਰਹੀ ਹੈ ਔਰ ਕਹਿੰਦੀ ਹੈ ਕਿ ਵੀ ਮੈਂ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਇੱਜ਼ਤ ਕਰਦੀ ਹਾਂ, ਅਤੇ ਬਾਕੀ ਮੇਰੇ ਪਿਤਾ ਸ਼ਹੀਦ ਰਾਜੀਵ ਗਾਂਧੀ ਉਹਨਾਂ ਦੇ ਜਿਹੜਾ ਕੁਰਬਾਨੀ ਨੂੰ ਰੱਖ ਕੇ ਵੋਟਾਂ ਪਹੁੰਣ ਜਿਹੜਾ, ਔਰ ਇਹੀ ਕੁਛ ਰਾਹੁਲ ਗਾਂਧੀ ਕਰਦਾ। ਨਵਜੋਤ ਸਿੱਧੂ ਜਿਹੜਾ ਕਿ ਅਦਰਵਾਈਜ਼ ਚੁਟਕਲੇ ਸੁਣਾਉਣ 'ਤੇ ਹੁੰਦਾ, ਇੱਕ ਪਾਸੇ ਫੜਦੇ ਹੀ ਮਾਈਕ ਪ੍ਰਿਯੰਕਾ ਗਾਂਧੀ ਤੋਂ ਭਾਰਤ ਮਾਤਾ ਕੀ ਜੈ ਵੀ ਕਰਵਾ ਰਿਹਾ, ਔਰ ਨਾਲ ਦੀ ਨਾਲ ਇਹ ਵੀ ਕਹਿ ਰਿਹਾ ਕਿ ਜੀ ਮੈਂ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੇ ਨਾ ਕਰ ਸਕਿਆ ਤਾਂ ਮੈਂ ਸਿਆਸਤ ਛੱਡ ਜਾਵਾਂਗਾ, ਇਹ ਵੀ ਉਹਨੇ ਟਵੀਟ ਕੀਤਾ। ਸੋ ਕੁੱਲ ਮਿਲਾ ਕੇ ਇਹਨੂੰ ਜਦੋਂ ਔਰਵਿਲੀਅਨ 1984 ਨਾਵਲ ਆਇਆ, ਜਿਸ ਨੂੰ ਅੱਜ ਤੱਕ ਵੀ ਕੋਟ ਹੁੰਦਾ, ਅਤੇ ਇੱਕ ਟਰਮ ਉਹਦੇ 'ਚ ਇਸਤੇਮਾਲ ਉਹਨੇ ਕੀਤੀ ਸੀ ਸੂਡੋ ਸਪੀਕ, ਕਿ ਸੂਡੋ ਅਸੀਂ ਝੂਠ ਨੂੰ ਕਹਿੰਦੇ, ਔਰ ਕਿ ਵੀ ਕਹਿਣਾ ਕੁਛ, ਲੇਕਿਨ ਅੱਜ ਉਹੀ ਜਿਹੜਾ ਸੂਡੋ ਸਪੀਕ ਹੈ ਉਹ ਕਿਵੇਂ ਡਬਲ ਸਪੀਕ ਦੇ ਤੌਰ ਦੇ ਉੱਤੇ ਇਸਤੇਮਾਲ ਹੁੰਦਾ, ਕਿ ਵੀ ਇੱਕ ਮੂੰਹ ਨਾਲ ਤੁਸੀਂ ਇਹ ਕਹਿ ਰਹੇ ਹੋ, ਇੱਕ ਨਾਲ ਤੁਸੀਂ ਇਹ ਕਹਿ ਰਹੇ ਹੋ। ਹਾਲਾਂ ਸਾਡੇ ਜਦੋਂ ਇਸ ਕਿਸਮ ਦਾ ਹੋਏ ਤਾਂ ਉਹਨੂੰ ਕਹਿੰਦੇ ਨੇ ਦੋ ਮੂੰਹਾਂ ਸੱਪ ਹੈ, ਕਿ ਵੀ ਇਹਦਾ ਸੱਪ ਦਾ ਇੱਕ ਕਹਿਣ ਦਾ ਹੋਰ ਹੈ। ਸੋ ਇਹ ਸਾਰੇ ਹੀ ਮੈਨੂੰ ਲੱਗਦਾ ਵੀ ਦੋ ਮੂੰਹ ਇਹ ਸੱਪ ਨਿਕਲ ਕੇ ਸਿੱਖਾਂ ਦੇ ਵਿਹੜੇ 'ਚ ਹੀ ਵੜ ਗਏ ਨੇ, ਔਰ ਸਿੱਖ ਜਿਹੜੇ ਨੇ ਉਹਨਾਂ ਦਾ ਅੱਜ ਹੀ ਮੇਰੀ ਦੋ ਤਿੰਨ ਹੋਰ ਵੀ ਸੱਜਣਾਂ ਨਾਲ ਜਾਂ ਦੂਜੇ ਗੱਲ ਹੋ ਗਏ ਸੀ, ਕਹਿੰਦੇ ਜੀ ਮਤਲਬ ਸਾਡੀ ਚਲੋ ਦੁਨੀਆਂ 'ਚ ਵਿਕਦੇ ਵੀ ਆਏ ਨੇ ਲੋਕ, ਉੱਲੂ ਵੀ ਬਣਦੇ ਨੇ, ਪਰ ਸਾਡੇ ਤਾਂ ਕਹਿੰਦੇ ਵੀ ਹੱਥ 'ਚ ਅਸੀਂ ਸਰਟੀਫਿਕੇਟ ਫੜਿਆ ਹੋਇਆ ਵੀ ਅਸੀਂ ਉੱਲੂ ਹਾਂ, ਹਾਂ ਵੀ ਸਾਨੂੰ ਲੈ ਜਾਓ ਜਿਹੜੀ ਮਰਜ਼ੀ ਸ਼ਾਖ 'ਤੇ ਬਿਠਾ ਦਿਓ। ਕਾਂਗਰਸ ਜਿਹਨੇ ਇਸ ਕਿਸਮ ਦੀਆਂ ਨਸਲਕੁਸ਼ੀਆਂ 'ਤੇ ਨਸਲਕੁਸ਼ੀਆਂ ਕੀਤੀਆਂ, ਅੱਜ ਵੀ ਉਹੀ ਨੀਅਤ ਹੈ। ਹੁਣ ਸਾਡੇ ਲਈ ਉਹੀ ਬਿਟਵੀਨ ਦਾ ਰੌਕ ਐਂਡ ਦਾ ਸੀ, ਇੱਕ ਪਾਸੇ ਉਹੀ ਅਕਾਲੀ BJP। ਸੋ ਅੱਜ ਦੀ ਲਿਖਤ ਜਿਹੜੀ ਭੈਣ ਜੀ ਅਮਨਜੋਤ ਕੌਰਾਂ ਦੀ, ਕਾਂਗਰਸ ਡਬਲ ਸਪੀਕ ਟੂ ਫੂਲ ਸਿੱਖਸ, ਕਿਵੇਂ ਸਿੱਖਾਂ ਨੂੰ ਮੂਰਖ ਬਣਾਇਆ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਤੁਸੀਂ ਐਂਟਾਈ ਸਿੱਖ ਸਟੇਟਮੈਂਟਸ ਕਾਂਗਰਸ ਲੀਡਰ ਦੀਆਂ ਨੇ, ਉਹ ਟਵਿੱਟਰ ਹੈਂਡਲਰ ਉਹਨਾਂ ਨੇ ਸੈਫਰਨ ਵਾਚ ਉਹਦਾ ਲਿੰਕ ਦਿੱਤਾ ਵੀ ਇਹਦੇ 'ਤੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਾਂਗਰਸ ਦੇ IT ਸੈੱਲ ਹੋਏ, ਸਪੋਕਸਪਰਸਨ ਹੋਣ, ਉਹ ਸਿੱਖਾਂ 'ਤੇ ਅਟੈਕ ਕਰ ਰਹੇ ਨੇ। ਔਰ ਇਹ ਕਹਿੰਦੇ ਜੀ ਬਾਕੀ ਤਾਂ ਇਹ ਗੱਲਾਂ ਕਰਦੇ ਨੇ November 84 ਔਰ ਦੂਜਾ, ਵਟ ਅਬਾਊਟ ਟੈਰਰਿਜ਼ਮ ਐਂਡ ਕਿਲਿੰਗਸ ਆਫ ਹਿੰਦੂਜ਼ ਇਨ ਪੰਜਾਬ, ਵਾਈ ਨੋ ਵਨ ਟਾਕਸ ਅਬਾਊਟ ਇਟ, ਦੇ ਕਾਲ HS ਫੂਲਕਾ ਇਹ ਖਾਲਿਸਤਾਨੀ ਟੈਰਰਿਸਟ। ਫਿਰ ਉਹਨਾਂ ਨੇ ਕਾਂਗਰਸ ਸਪੋਕਸਪਰਸਨ ਸੂਰਜੇਵਾਲਾ ਦੀ ਗੱਲ ਕੀਤੀ, ਹੁਣ ਸੈਮ ਪਿਤਰੋਦਾ ਜਿਹਨੇ ਇਹ ਕਿਹਾ ਹੂਆ ਸੋ ਹੂਆ ਸੋ ਵਟ, ਰਾਹੁਲ ਗਾਂਧੀ ਕਹਿ ਰਿਹਾ ਉਸਨੇ ਬਹੁਤ ਗਲਤ ਕਿਹਾ, ਮੈਂ ਉਸਨੇ ਉਸਕੋ ਮੈਨੇ ਕਿਹਾ ਤੂੰ ਮਾਫ਼ੀ ਮੰਗ, ਪਰ ਜਿਹੜਾ ਇਹਨਾਂ ਦਾ ਕਾਂਗਰਸ ਦਾ ਸਪੋਕਸਪਰਸਨ ਹੈ ਸੂਰਜੇਵਾਲਾ ਉਹ ਕਹਿ ਰਿਹਾ ਵੀ ਇਟ ਵਾਜ਼ ਇਜ਼ ਇੰਡੀਵਿਜੁਅਲ ਓਪੀਨੀਅਨ, ਉਹਨੇ ਕਿਹਾ ਕਿ ਵੀ ਇਹ ਤਾਂ ਉਹਦਾ ਆਪਣਾ ਉਹਨੇ ਜੋ ਕਿਹਾ। ਔਰ ਫਿਰ ਜਿਹੜਾ ਉਹਨੇ ਕਿਹਾ ਕਿ ਵੀ ਇਹ ਵੀ ਝੂਠ ਹੈ ਕਿ ਜੀ
ਕਾਂਗਰਸ ਨੇ ਨਵੰਬਰ 84 ਵਾਲਿਆਂ ਨੂੰ ਕੋਈ ਮਿਨਿਸਟਰ ਬਣਾਇਆ, ਹਾਲਾਂਕਿ ਫੈਕਟ ਇਹ ਹੈ ਕਿ ਟਾਈਟਲਰ ਹੋਏ, HKL ਭਗਤ ਹੋਏ, ਕਮਲਨਾਥ ਨੂੰ ਹੁਣ ਪਹਿਲਾਂ ਮਿਨਿਸਟਰ ਸੀ ਔਰ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਬਣਾਇਆ ਸੱਜਣ ਕੁਮਾਰ, ਇਹਨਾਂ ਸਾਰਿਆਂ ਨੂੰ ਨਵਾਜਿਆ ਕਾਂਗਰਸ ਨੇ ਕਿਉਂਕਿ ਇਹਨਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕੈਰੀ ਕੀਤੀ ਸੀ। ਰਾਹੁਲ ਗਾਂਧੀ ਥਿੰਕਸ ਸਿੱਖਸ ਆਰ ਫੂਲਸ, ਹੀ ਰੈਫਰ ਟੂ ਕਮਲਨਾਥ ਇਨ ਸਪੀਚਿਸ ਐਟ ਪੰਜਾਬ, ਯੈਟ ਕਲੇਮਡ ਹੀ ਕੰਡੈਮਡ ਸੈਮ ਪਟਰੋਡਾ ਸਟੇਟਮੈਂਟ ਔਨ 84, ਹੀ ਸੇਜ਼ ਗਿਲਟੀ ਸ਼ੁੱਡ ਬੀ ਪਨਿਸ਼ਡ, ਦੈਨ ਵਾਈਜ ਕਮਲਨਾਥ ਸੀਐਮ ਆਫ MP ਐਂਡ ਸ਼ੀਲਾ ਦੀਕਸ਼ਤ ਵਾਸ ਡਿਫੈਂਡਿੰਗ ਟਾਈਟਲਰ ਐਟ ਡੈਲੀਜ਼ ਰੈਲੀ ਇਨ ਦਿਸ ਇਲੈਕਸ਼ਨ ਇਟਸੈਲਫ। ਸ਼ੀਲਾ ਦੀਕਸ਼ਤ ਟਾਈਟਲਰ ਨੂੰ ਡਿਫੈਂਡ ਕਰ ਰਹੀ ਹੈ, ਰਾਹੁਲ ਗਾਂਧੀ ਕਮਲਨਾਥ ਨੂੰ ਕੋਟ ਕਰ ਰਿਹਾ, ਔਰ ਮਨੀਸ਼ ਤਿਵਾਰੀ ਐਂਡ ਰਵਨੀਤ ਬਿੱਟੂ ਹੈਵ ਬਿਨ ਗੋਇੰਗ ਔਨ ਇਨ ਪੰਜਾਬ ਕਾਲਿੰਗ ਇੰਦਰਾ ਗਾਂਧੀ, ਰਾਜੀਵ ਗਾਂਧੀ, ਬੇਅੰਤ ਸਿੰਘ ਤਿਵਾੜੀ ਐਜ ਮਾਰਟੀਅਰਸ ਹੂ ਸੈਕਰੀਫਾਈਜ਼ ਫਾਰ ਯੂਨਿਟੀ ਆਫ ਇੰਡੀਆ ਐਂਡ ਪੀਸ ਆਫ ਪੰਜਾਬ। ਬਿੱਟੂ ਨੇ ਤਾਂ ਨਾ ਕਰਤੀ ਸੈਮ ਪਟਰੋਡਾ ਦੀ ਸਟੇਟਮੈਂਟ 'ਤੇ ਹੀ ਕਲੇਮ ਕਰਨ ਦੀ, ਔਰ ਉਹਨੇ ਕਿਹਾ ਜੀ ਇਹ ਜਿਹੜੀ ਹੈ ਮਨੀਸ਼ ਤਿਵਾੜੀ ਕਹਿ ਰਿਹਾ ਕਿ ਚੰਦੂ ਮਾਜਦੇ ਦਾ ਟੈਰਿਸਟ ਮਾਇੰਡ ਸੈੱਟ ਹੈ, ਔਰ ਕਹਿੰਦੇ ਕੌਣ ਕਹਿੰਦੇ ਅਨੰਦਪੁਰ ਪੰਥਕ ਸੀਟ ਹੈ, ਤਿਵਾੜੀ ਕਹਿ ਰਿਹਾ। ਰਾਜਾ ਵੜਿੰਗ ਹੈਜ਼ ਬਿਨ ਸੇਇੰਗ ਹਿੰਦੂਜ਼ ਆਰ ਅਲਾਈਵ ਇਨ ਪੰਜਾਬ ਓਨਲੀ ਡਿਊ ਟੂ ਕਾਂਗਰਸ ਔਰ ਐਲ ਸਿੱਖ ਟੈਰਿਸ ਯੂਜ਼ ਟੂ ਪੁੱਲ ਦੈਮ ਆਊਟ ਆਫ ਬੱਸਿਸ ਐਂਡ ਕਿਲ ਦੈਮ, ਕਹਿ ਜੀ ਇਹਨਾਂ ਨੂੰ ਮਾਰ ਦਿੰਦੇ ਸੀ। ਪ੍ਰਿਯੰਕਾ ਗਾਂਧੀ ਟੂਡੇ ਟਾਕਡ ਆਫ ਗੁਰੂ ਗ੍ਰੰਥ ਸਾਹਿਬ ਬੀਂਗ ਸੋਲ ਆਫ ਪੰਜਾਬ, ਬਟ ਸ਼ੀ ਆਲਸੋ ਕਾਲਡ ਰਾਜੀਵ ਗਾਂਧੀ ਅ ਮਾਰਟੀਅਰ ਐਂਡ ਆਸਕ ਪੀਪਲ ਟੂ ਇਲੈਕਟ ਰਾਹੁਲ ਗਾਂਧੀ ਬਿਕੋਜ਼ ਹੀ ਵਾਜ਼ ਸਨ ਆਫ ਅ ਮਾਰਟੀਅਰ। ਡਜ਼ ਸ਼ੀ ਥਿੰਕ ਵੀ ਆਰ ਫੂਲਸ? ਹਾਊ ਇਜ਼ ਕਿਲਰ ਆਫ ਥਾਊਜ਼ੈਂਡਸ ਆਫ ਸਿੱਖਸ ਅਕ੍ਰੋਸ ਇੰਡੀਆ ਅ ਮਾਰਟੀਅਰ? ਹੂ ਇਜ਼ ਸ਼ੀ ਟੂ ਸਪੋਕ ਔਨ ਗੁਰੂ ਗ੍ਰੰਥ ਸਾਹਿਬ ਐਂਡ ਹਰ ਪਾਰਟੀਜ਼ ਗੂੰਜ ਬਰਨਡ ਥਾਊਜ਼ੈਂਡਸ ਆਫ ਸਰੂਪਸ ਆਫ ਗੁਰੂ ਗ੍ਰੰਥ ਸਾਹਿਬ ਫੋਰ ਡੈਕਡਸ ਇਨ ਪਾਸਟ ਐਂਡ ਸੈਡ ਯਾਦ ਕਰੇਗਾ ਖਾਲਸਾ ਵਾਇਰ ਡੂਇੰਗ ਸੋ। ਵੀ ਇਹ ਜਿਹੜੀ ਹੈ ਇਹ ਵੋਟਾਂ ਲੈਣ ਲਈ ਆ ਗਏ ਨੇ। ਕੈਪਟਨ ਅਮਰਿੰਦਰ ਦਾ ਉਹਨਾਂ ਨੇ ਜ਼ਿਕਰ ਕੀਤਾ ਕਿਵੇਂ ਉਹ ਡਿਫੈਂਡ ਕਰਦੇ, ਫਿਰ ਉਹਨਾਂ ਨੇ ਬਰਗਾੜੀ ਦੇ ਹੀ ਹੁਣ ਗੱਲ ਕਰਦੇ ਨੇ, ਬਹਿਬਲ ਕਲਾਂ ਜਿਹੜੀ ਫਾਇਰਿੰਗ ਹੈ ਉਹਦੀ ਅਮਰਿੰਦਰ ਗੱਲ ਹੀ ਨਹੀਂ ਕਰਦਾ। ਨਵਜੋਤ ਸਿੱਧੂ ਕਲੇਮਸ ਹੀ ਇਜ਼ ਗੁਰੂ ਕਾ ਸਿੱਖ ਐਂਡ ਵਿਲ ਫਾਈਟ ਫੋਰ ਆਨਰ ਆਫ ਗੁਰੂ ਗ੍ਰੰਥ ਸਾਹਿਬ, ਬਟ ਹੀ ਹੈਜ਼ ਨੈਵਰ ਕਮੈਂਡਡ ਏ ਵਰਡ ਔਨ 1984 ਐਂਡ ਰਿਫਿਊਜ਼ ਟੂ ਕਮੈਂਟ ਔਨ ਸੈਮ ਪਟਰੋਡਾਸ ਰਿਮਾਰਕਸ, ਐਂਡ ਹੀ ਹੈਜ਼ ਇਨਸਟੈਡ ਰਿਪੀਟਡਲੀ ਕਾਲਡ ਰਾਜੀਵ ਗਾਂਧੀ ਏ ਗ੍ਰੇਟ ਮਾਰਟੀਅਰ। ਔਰ ਇਹ ਸਾਰਾ ਕਹਿ ਕੇ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ 'ਚੋਂ ਹੁਣ ਸਿੱਖਾਂ ਨੇ ਦੇਖਣਾ ਕਿ ਸਿੱਖਸ ਮਸਟ ਸਪੋਰਟ ਨੋਨ ਕਾਂਗਰਸ ਨੋਨ SAD BJP ਕੈਂਡੀਡੇਟ, ਐਟਲੀਸਟ ਇਫ ਦੇ ਆਰ ਨੋਟ ਕਰੇਜੀਅਸ ਇਨਫ ਟੂ ਸਪੋਰਟ ਸੈਲਫ ਡਿਟਰਮੀਨੇਸ਼ਨ ਲਾਈਕ ਸੈਲਫ ਰਿਸਪੈਕਟਿੰਗ ਕਸ਼ਮੀਰੀਜ਼ ਐਂਡ ਨਾਗਾਸ, ਕਿ ਘੱਟੋ ਘੱਟ ਇੰਨੇ ਕੁ ਸਿੱਖ ਵੋਟਰ ਕਰ ਲੈਣ ਕਿ ਇਹ BJP SAD ਔਰ ਕਾਂਗਰਸ ਇਹਨਾਂ ਦੇ ਉਮੀਦਵਾਰਾਂ ਨੂੰ ਸਪੋਰਟ ਨਾ ਕਰਨ, ਕਿ ਵੀ ਉਹ ਦੇਖਣ ਵੀ ਕਿਵੇਂ ਆਮ ਆਦਮੀ ਪਾਰਟੀ ਨੇ ਅਲਾਇੰਸ ਕੀਤਾ ਕਾਂਗਰਸ ਦੇ ਨਾਲ, ਉਹ ਵੀ ਚੁੱਪ ਕਰ ਗਈ ਹੈ। ਔਰ ਇਹ ਜਿਹੜਾ ਹੈ ਕਿ ਵੀ ਇਹ ਜਿਹੜਾ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਕਿਹਾ ਜਿਵੇਂ ਬਰਗਾੜੀ ਨੂੰ ਪਹਿਲਾਂ ਇਹਨਾਂ ਨੇ ਕਾਂਗਰਸ ਨੇ ਯੂਜ਼ ਕੀਤਾ, ਆਈ ਵੁੱਡ ਨੋਟ ਬੀ ਸਰਪ੍ਰਾਈਜ਼ਡ ਇਫ ਕਾਂਗਰਸ ਇੰਜੀਨੀਅਰਸ ਮੋਰ ਸੱਚ ਇੰਸੀਡੈਂਟਸ ਟੂ ਪੋਲਰਾਈਜ਼ ਐਂਡ ਵਿਨ ਪੰਜਾਬ ਲਾਈਕ ਇਟ ਡਿਡ ਇਨ 2017। ਸੋ ਮੈਂ ਸਮਝਦਾ ਵੀ ਇਹ ਹੈਡਿੰਗ ਹੀ ਆਪਣੇ ਆਪ 'ਚ ਸ਼ੋਅ ਕਰਦਾ ਕਿ ਕਿਵੇਂ ਕਾਂਗਰਸ ਡਬਲ ਸਪੀਕ ਟੂ ਫੂਲ ਸਿੱਖ ਜੀ। ਡਾਕਟਰ ਸਾਹਿਬ ਬਿਲਕੁਲ, ਟਾਈਮ ਤਾਂ ਵੈਸੇ ਹੋ ਗਿਆ, ਬਟ ਮੈਂ ਆਪਣੇ ਸਾਰੇ ਦਰਸ਼ਕਾਂ ਦੇ ਜੋ ਉਹਨਾਂ ਨੇ ਸਾਨੂੰ ਮੈਸੇਜ ਲਿਖੇ ਨੇ ਉਹਨਾਂ ਦਾ ਮੈਂ ਨਾਮ ਹੀ ਅਨਾਊਂਸ ਕਰਾਂਗੀ। ਨਜ਼ੀਰ ਸਦੀਕੀ ਵੀ ਸਾਨੂੰ ਲਿਖਦੇ ਨੇ, ਨਿਰਮਲਜੀਤ ਖੱਟੜਾ ਵੀ ਲਿਖਦੇ ਨੇ, ਜੈਸ਼ਨ ਸਦੀਕੀ ਵੀ ਸਾਨੂੰ ਲਿਖਦੇ ਨੇ, ਬਨਾਰਸ ਖਾਨ ਵੀ ਲਿਖਦੇ ਨੇ। ਮੇਰਾ ਖਿਆਲ ਹੈ ਤੁਸੀਂ ਪੜ੍ਹਦੇ ਹੋ, ਅਸੀਂ ਚੌਥਾ ਸੈਗਮੈਂਟ ਨਹੀਂ ਕਰਾਂਗੇ, ਠੀਕ ਹੈ ਜੀ, ਐਡ ਕਰ ਲਾਂਗੇ, ਨੋ ਪ੍ਰੋਬਲਮ। ਸੋ ਨਜ਼ੀਰ ਸਦੀਕੀ ਸਾਨੂੰ ਲਿਖਦੇ ਨੇ, ਹੀ ਕੈਨ ਓਨਲੀ ਸਪੀਕ ਅਬਾਊਟ ਹੇਟ। ਨਿਰਮਲਜੀਤ ਖੱਟੜਾ ਸਾਨੂੰ ਲਿਖਦੇ ਨੇ ਵਾਹਿਗੁਰੂ ਜੀ, ਜੈਸ਼ਨ ਸਦੀਕੀ ਜੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ, ਬਨਾਰਸ ਖਾਨ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ, ਮਨਜੀਤ ਸਿੰਘ ਮਠਾਰੂ ਜੀ ਸਾਨੂੰ ਲਿਖਦੇ ਨੇ ਮੋਦੀ ਮਨੋਵਿਗਿਆਨਿਕ ਵਿਸ਼ਾ ਜੋ ਇਸ ਦੇਸ਼ ਦਾ ਅਚੇਤਨ ਜੋ ਬੁੱਧਤਵ ਨੂੰ ਇਸ ਦੇਸ਼ ਚੋਂ ਜੜੋਂ ਪੁੱਟ ਦੇਣਾ ਅਤੇ ਹਿੰਦੂ ਮਿਥਿਹਾਸ ਦੇ ਆਧਾਰ ਤੇ ਬਿਮਾਰ ਸਮਾਜ ਦਾ ਹੋਣਾ ਇਸ ਦੇਸ਼ ਦੀ ਬਦਕਿਸਮਤੀ ਹੈ।
ਖਾਲਸਾ ਜ਼ਿੰਦਾਬਾਦ ਲਿਖਿਆ ਉਹਨਾਂ ਨੇ। ਸਿੰਘ ਹਰਜੀਤ ਖਾਲਸਾ ਸਾਨੂੰ ਫਤਿਹ ਬੁਲਾਉਂਦੇ ਨੇ, ਗੈਰੀ ਸੰਧੂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਲਵਲੀ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ। ਮੁਹੰਮਦ ਨੀਮ ਗੁਦੈਰ ਸਾਹਿਬ ਲਿਖਦੇ ਨੇ ਬਟ ਕੇ ਰਹੇਗਾ ਹਿੰਦੁਸਤਾਨ, ਬਣ ਕੇ ਰਹੇਗਾ ਖਾਲਸਾ ਉਹਨਾਂ ਨੇ ਲਿਖਿਆ। ਦਿਲਾਵਰ ਸਿੰਘ ਉਹਨਾਂ ਨੇ ਲਿਖਿਆ ਕਿ 2020 ਖਾਲਸਾ ਜ਼ਿੰਦਾਬਾਦ ਉਹਨਾਂ ਨੇ ਲਿਖਿਆ ਸਾਨੂੰ। ਦਲਜੀਤ ਸਿੰਘ ਵੀ ਖਾਲਸਾ ਜ਼ਿੰਦਾਬਾਦ, ਗੈਰੀ ਸੰਧੂ ਜੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਮੁਹੰਮਦ ਨੀਮ ਕਦੀਰ ਸਾਹਿਬ ਲਿਖਦੇ ਨੇ ਡਾਕਟਰ ਸਾਹਿਬ ਬੀਜੇਪੀ ਹਾਰ ਗਈ ਤੇ ਮਜ਼ਾ ਨਹੀਂ ਆਏਗਾ ਕਿਉਂਕਿ ਮੋਦੀ ਦੇ ਲਤੀਫੇ ਖਤਮ ਹੋ ਜਾਣਗੇ। ਇਰਫਾਨ ਸ਼ਾਹਜਾਦ ਸਾਹਿਬ ਲਿਖਦੇ ਨੇ ਜੀ ਆਇਆਂ ਨੂੰ, ਡਾਕਟਰ ਸਾਹਿਬ ਨੀਲਮ ਕੌਰ ਜੀ ਥੈਂਕ ਯੂ ਸੋ ਮਚ। ਅਬੂ ਬੱਕਰ ਸਾਹਿਬ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਸਲੀਮ ਸਦੀਕੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਮਨਜੀਤ ਸਿੰਘ ਮਠਾਰੂ ਜੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਲਿਖਦੇ ਨੇ ਔਰ ਉਹਨਾਂ ਦਾ ਮੈਸੇਜ ਵੀ ਹੈਗਾ ਹੈ, ਸੱਚ ਤਾਂ ਪਰ ਜਾਣੀਏ ਜੇ ਹਿਰਦਾ ਸੱਚਾ ਹੋਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਝੂਠੀ ਜਨਤਾ, ਝੂਠਾ ਦੇਸ਼, ਝੂਠਾ ਪ੍ਰਧਾਨ ਮੰਤਰੀ, ਇਹਨਾਂ ਵਿੱਚ ਸੱਚ ਵੀ ਖੜਾ ਮਿਲਦਾ ਹੈ, ਵਿਰੋਧ ਤੇ ਵਿਕਾਸ ਹੈ। ਜਿਸ ਦੇਸ਼ 'ਚ 10 ਗੁਰੂ ਸਾਹਿਬਾਨ ਨੇ ਕਾਇਆ ਕਲਪ ਕੀਤਾ ਪਰ ਇਸ ਦੀ ਜਨਤਾ ਸੁੱਤੀ ਪਈ, ਦੱਬੀ ਗੁਲਾਮ ਤੇ ਲੰਗੜੀ ਹੈ। ਸਿੱਖਾਂ ਦੇ ਲੀਡਰਾਂ ਨੇ ਸਿੱਖੀ ਨੂੰ ਨਾ ਸਮਝ ਕੇ ਆਪਣਾ ਨੁਕਸਾਨ ਕਰਵਾਇਆ। ਗੁਰੂ ਸਾਹਿਬ ਦੇ ਦੂਰ ਅੰਦੇਸੀ ਦਾ ਵਾਕ, ਜਬ ਲਗ ਖਾਲਸਾ ਰੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਮਠਾਰੂ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਬੜੇ ਥੋੜੇ ਲਫ਼ਜ਼ਾਂ 'ਚ ਜਿਹੜੀ ਗੁਰਬਾਣੀ ਦੀ ਤੁੱਕ ਅਸੀਂ ਆਸਾ ਦੀ ਵਾਰ 'ਚ ਪੜ੍ਹਦੇ ਹਾਂ, ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕਿ ਜੇ ਅੰਦਰ ਸੱਚਾਈ ਹੈ ਤਾਂ ਤੁਸੀਂ ਸੱਚ ਨੂੰ ਜਾਣ ਸਕਦੇ ਹੋ। ਗੁਰੂ ਸਾਹਿਬਾਨ ਨੇ ਬਹੁਤ ਜਿਹੜਾ ਉਸ ਧਰਤੀ ਦੀ ਕਾਇਆ ਕਲਪ ਲਈ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਲਗਭਗ 230 ਵਰੇ ਕਮਾਈ ਕੀਤੀ, ਕਿਵੇਂ ਉਸ ਮਨੁੱਖ ਨੂੰ ਘੜਿਆ। ਔਰ ਅਫਸੋਸ ਇਸ ਗੱਲ ਦਾ ਹੈ ਵੀ ਗੁਰੂ ਕੇ ਸਿੱਖ ਵੀ ਅੱਜ ਜਦੋਂ ਵਿਪਰਨ ਕੀ ਰੀਤ ਬ੍ਰਾਹਮਣਵਾਦ ਦੀ ਗੱਲ ਹੁੰਦੀ ਹੈ, ਉਸ ਦੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਉਹਨਾਂ ਨੇ ਕਬੂਲਿਆ ਹੋਇਆ। ਇਹੀ ਕਾਰਨ ਇੱਕ ਸਾਡੀ ਡੀ ਜਨਰੇਸ਼ਨ ਦਾ ਵੀ ਹੈ, ਪਰ ਸਤਿਗੁਰੂ ਰਹਿਮਤ ਕਰਨ ਅਸੀਂ ਇਸ ਚੋਂ ਨਿਕਲ ਆਵਾਂਗੇ ਔਰ ਇਸ ਬ੍ਰਾਹਮਣਵਾਦ ਦਾ ਖਾਤਮਾ ਖਾਲਸਾ ਪੰਥ ਹੀ ਕਰੇਗਾ ਜੀ। ਭੁਪਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸਿੰਘ ਹਰਜੀਤ ਖਾਲਸਾ ਜੀ ਵੀ ਫਤਿਹ ਬੁਲਾਉਂਦੇ ਨੇ, ਭਾਈ ਗੁਰਮੀਤ ਸਿੰਘ ਬੱਬਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਬਲਵੀਰ ਸਿੰਘ ਧਾਨੀਵਾਲ ਜੀ ਉਹਨਾਂ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਭਾਈ ਗੁਰਮੀਤ ਸਿੰਘ ਬੱਬਰ ਜੀ ਕਹਿੰਦੇ ਨੇ ਕਿ ਖਾਲਸਾ ਰਾਜ ਸਥਾਪਨਾ ਦਿਵਸ 14 ਮਈ 1710। ਦਿਲਾਵਰ ਸਿੰਘ ਲਿਖਦੇ ਨੇ ਕਿ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਕਿਹਾ। ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਇਹ ਤਾਂ 2014 'ਚ ਬੋਲੀਆਂ ਬੋਲਣ ਲੱਗਾ ਸੀ, ਪਰ ਜੇ ਤੁਹਾਨੂੰ ਚੇਤੇ ਹੋਵੇ 1997 'ਚ ਬਾਦਲ ਵੀ ਕਈ ਬੋਲੀਆਂ ਬੋਲਣ ਲੱਗ ਪਿਆ ਸੀ। ਕਿਸਾਨਾਂ ਦੇ ਬਿੱਲ ਮਾਫ਼, ਨਹਿਰੀ ਮਾਲੀਆ ਮਾਫ਼, ਬਜ਼ੁਰਗਾਂ ਨੂੰ ਬੱਸ ਪਾਸ, ਗਰੀਬ ਕੁੜੀਆਂ ਨੂੰ ਵਿਆਹ ਤੇ ਸ਼ਗਨ, ਡਾਕਟਰ ਸਾਹਿਬ ਡਾਕਟਰ ਸਰਦਾਰਾ ਸਿੰਘ ਜੋਲ ਨੇ ਕਿਹਾ ਵੀ ਉਸ ਸਮੇਂ ਇਸ ਨੂੰ ਗਲਤ ਵੀ ਕਿਹਾ ਸੀ ਪਰ ਲੋਕ ਜੁਮਲਿਆਂ ਦੇ ਆਦਿ ਨੇ। ਹਾਂ ਬਿਲਕੁਲ ਠੀਕ ਫਰਮਾਇਆ ਤੁਸੀਂ ਵੀਰ ਭੁਪਿੰਦਰ ਸਿੰਘ ਜੀ, ਇਹਨੇ ਬਾਦਲ ਨੇ ਇੰਡੀਅਨ ਕਾਂਸਟੀਟਿਊਸ਼ਨ ਵੀ ਫਾੜਿਆ ਹੋਇਆ ਹੈ। ਜੂਨ 84 ਵੇਲੇ ਸਿੱਖ ਫੌਜੀਆਂ ਨੂੰ ਵੀ ਕਿਹਾ ਬੈਰਕਾਂ 'ਚੋਂ ਆ ਜਾਓ, ਬਗਾਵਤ ਕਰ ਦਿਓ। 1993 'ਚ ਉਸ ਵੇਲੇ ਦੇ UN ਦੇ ਸੈਕਟਰੀ ਜਨਰਲ ਬੂਟਰੋਸ ਗਾਲੀ ਨੂੰ ਮੈਮੋਰੈਂਡਮ ਦੇਣ ਵੀ ਬਾਕੀ ਲੀਡਰਾਂ ਦੇ ਨਾਲ ਗਿਆ ਸੀ ਕਿ ਸਿੱਖਾਂ ਦਾ ਹੁਣ ਕੋਈ ਰਿਸ਼ਤਾ ਨਹੀਂ ਇੰਡੀਆ ਨਾਲ ਔਰ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ
ਜਿਹੜੀ ਅੱਜ ਰੈਫਰੈਂਡਮ 2020 ਦੀ ਗੱਲ ਹੈ, ਸਾਨੂੰ ਇਹ ਹੱਕ ਮਿਲੇ। ਸੋ ਇਹ ਸਾਰੇ ਹੀ ਜਿਹੜੇ ਨੇ ਗਿਰਗਟ ਵਾਂਗ ਰੰਗ ਵੀ ਬਦਲਦੇ ਨੇ, ਬਿਲਕੁਲ, ਔਰ ਮੋਦੀ ਵਾਂਗ ਬੋਲੀਆਂ ਵੀ ਬਦਲਦੇ ਨੇ। ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਕਿ ਤੁਹਾਡਾ YouTube ਕਿਉਂ ਬੰਦ ਹੋਇਆ, ਅਸੀਂ ਤੁਹਾਨੂੰ ਦੱਸਿਆ ਕਿਸੇ ਵਜ੍ਹਾ ਕਰਕੇ ਨਹੀਂ ਚੱਲ ਰਿਹਾ। ਹਾਂ ਮਠਾਰੂ ਸਾਹਿਬ, ਇਹਨਾਂ ਦੇ ਨਾਲ ਸਾਡਾ ਕੋਈ ਇਸ਼ੂ YouTube ਦੇ ਨਾਲ ਹੈਗਾ ਜਿਹਨੂੰ ਅਸੀਂ ਟੇਕ ਓਵਰ ਕੀਤਾ, ਉਹ ਬਹੁਤ ਜਲਦੀ ਰਿਜ਼ੋਲਵ ਹੋ ਜਾਏਗਾ, ਬਟ ਹਾਲ ਦੀ ਘੜੀ ਅਸੀਂ ਉਹਨੂੰ ਇਮੀਡੀਏਟਲੀ ਘੰਟੇ ਕੁ ਬਾਅਦ ਅਪਲੋਡ ਕਰ ਦਿੰਦੇ ਹਾਂ, ਪਰ ਸਾਡੀ ਲਾਈਵ ਸਟ੍ਰੀਮ ਦੇ ਉੱਤੇ ਇਹਨਾਂ ਨੇ ਉਹਨੂੰ ਬਲੌਕ ਕੀਤਾ ਹੈ। ਬਨਾਰਸ ਖਾਨ ਜੀ ਸਾਨੂੰ ਲਿਖਦੇ ਨੇ ਕਿ ਡਾਕਟਰ ਸਾਹਿਬ ਗ੍ਰੇਟ, ਔਰ ਤਾਰਿਕ ਖਾਨੀ ਜੀ ਲਿਖਦੇ ਨੇ ਡਾਕਟਰ ਸਾਹਿਬ ਆਪ ਔਰ ਨੀਲਮ ਸਿਸਟਰ ਸੱਚ ਹੀਰੋ ਆਫ ਟੀਵੀ 84 ਸਲਾਮਤ ਰੱਖੇ। ਥੈਂਕ ਯੂ ਸੋ ਮਚ, ਸ਼ੁਕਰੀਆ ਤਾਰਿਕ ਜੀ, ਤੁਹਾਡੇ ਬੋਲ ਸਾਨੂੰ ਹੌਸਲਾ ਦੇ ਦਿੰਦੇ ਨੇ ਜੀ, ਤੇ ਅਸੀਂ ਵੀ ਤੁਰੇ ਹੋਏ ਹਾਂ ਤੁਹਾਡੇ ਵਰਗੇ ਵੀਰਾਂ ਔਰ ਭੈਣਾਂ ਦੇ ਹੌਸਲੇ ਦੇ ਨਾਲ। ਬਿਲਕੁਲ, ਬਲਵੀਰ ਸਿੰਘ ਦੰਜਲ ਸਾਹਿਬ ਲਿਖਦੇ, ਲੰਕਾ ਅੰਦਰ ਜੋ ਹੋ ਰਿਹਾ ਹੈ RSS ਦਾ ਹੱਥ ਹੈ, ਮੁਸਲਿਮ ਭਾਈਚਾਰੇ ਨਾਲ ਨਫ਼ਰਤ ਲੰਕਾ ਵਾਸੀਆਂ ਵਿੱਚ ਫੈਲਾਉਣ ਲਈ ਹੈ। ਜੀਤਾ ਸਿੰਘ, ਵੈਸੇ ਇਸ ਵੇਲੇ ਸ਼੍ਰੀਲੰਕਾ ਦੇ ਕੁਝ ਹਿੱਸਿਆਂ 'ਚ ਬਹੁਤ ਬੁਰਾ ਹਾਲ ਹੈ, ਕਰਫਿਊ ਲੱਗੇ ਹੋਏ ਨੇ, ਮਸੀਤਾਂ 'ਤੇ ਹਮਲੇ ਹੋ ਰਹੇ ਨੇ, ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ, ਔਰ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਪਾਕਿਸਤਾਨ ਆਪਣੇ ਅੰਦਰੂਨੀ ਬਹਰਾਨ ਨਾਲ ਵੀ ਜੂਝ ਰਿਹਾ, ਪਰ ਸ਼੍ਰੀਲੰਕਾ ਦੇ ਨਾਲ ਪਾਕਿਸਤਾਨ ਦੇ ਕਿਸੇ ਵੇਲੇ ਚੰਗੇ ਸੰਬੰਧ ਰਹੇ ਨੇ, ਹੁਣ ਵੀ ਹੋਣਗੇ, ਉਹਨਾਂ ਦੇ ਆਰਮੀ ਆਫਿਸਰ ਵੀ ਉੱਥੇ ਟ੍ਰੇਨਿੰਗ ਲੈਂਦੇ ਨੇ, ਸੋ ਮੈਂ ਸਮਝਦਾ ਵੀ ਪਾਕਿਸਤਾਨ ਨੂੰ ਇੰਟਰਵੀਨ ਕਰਨਾ ਚਾਹੀਦਾ, ਨਹੀਂ ਤਾਂ ਸ਼੍ਰੀਲੰਕਾ ਦੇ ਮੁਸਲਮਾਨਾਂ ਲਈ ਜਿਹੜੀ ਲਗਭਗ 10% ਦੇ ਕਰੀਬ ਟੋਟਲ ਪਾਪੂਲੇਸ਼ਨ ਦਾ ਹਿੱਸਾ ਨੇ, ਇਸ ਵੇਲੇ ਕਾਫੀ ਉਹਨਾਂ ਦੇ ਉੱਤੇ ਨਾਜ਼ੁਕ ਸਮਾਂ ਗੁਜ਼ਰ ਰਿਹਾ। ਜੀ ਡਾਕਟਰ ਸਾਹਿਬ, ਮੇਰੇ ਖਿਆਲ 'ਚ ਹੁਣ ਆਪਾਂ ਅੱਜ ਦਾ ਵਿਚਾਰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਲਈਏ। ਤੁਸੀਂ ਮੇਘਰਾਜ ਸਿੰਘ ਨਹੀਂ ਪੜ੍ਹੇ? ਹਾਂਜੀ, ਮੇਘਰਾਜ ਸਿੰਘ ਲਿਖਦੇ ਨੇ, ਵੈਰੀ ਗੁੱਡ ਆਰਟੀਕਲ, ਥੈਂਕਸ ਡਾਕਟਰ ਸਾਹਿਬ ਟੂ ਸ਼ੇਅਰਿੰਗ ਵਿਦ ਦ ਪੀਪਲ। ਹਾਂ ਮੇਘਰਾਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਪਾਲ ਸਿੰਘ ਦਾ ਵੀ ਪੜ੍ਹ ਲੈਣੀ ਆ, ਉਹਨਾਂ ਨੇ ਕਹਿਣਾ ਉਹਨਾਂ ਨੂੰ ਆ ਜਾਣਾ, ਐਸ ਫਾਸਟ ਹੀ ਬਿਕੇਮ ਪਾਪੂਲਰ ਸੇਮ ਵੇਜ਼ ਹਿਸ ਪਾਪੂਲੈਰਿਟੀ ਇਜ਼ ਗੋਇੰਗ ਡਾਊਨ। ਹਾਂਜੀ, ਇਸ ਨੂੰ ਹੀ ਕਹਿੰਦੇ ਨੇ ਕਿ ਵੀ ਜਿੰਨੀ ਤੇਜ਼ੀ ਨਾਲ ਕੋਈ ਉੱਪਰ ਜਾਂਦਾ ਹੈ ਉਨੀ ਤੇਜ਼ੀ ਨਾਲ ਨਹੀਂ ਆਉਂਦਾ ਜੀ। ਬਿਲਕੁਲ, ਕਿਉਂਕਿ ਵਕਤ ਦੀ ਜਿਹੜੀ ਹੈ ਉਹ ਕਮੀ ਕਰਕੇ ਅਸੀਂ ਇਹਨੂੰ ਜਿਹੜਾ ਨਗਟਸ ਆਫ ਵਿਜ਼ਡਮ, ਸਪਿਰਿਚੁਅਲ ਵਿਜ਼ਡਮ ਸੈਗਮੈਂਟ ਨੂੰ ਇਹਦੇ ਵਿੱਚ ਹੀ ਜਿਹੜਾ ਉਹ ਜੋੜ ਰਹੇ ਜੀ, ਔਰ ਇਹ ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਅਸ਼ਟਪਦੀਆਂ ਘਰ ਦਸਵਾਂ ਕਾਫੀਆਂ, ਉਸ ਦੀਆਂ ਤਿੰਨ ਪਦੇ ਅਸੀਂ ਜਿਹੜੇ ਨੇ ਉਹ ਲਏ ਨੇ ਵਿਚਾਰ ਲਈ, ਔਰ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਗਭਗ 20 ਦੇ ਕਰੀਬ ਅੱਡ ਜਿਹੜੀਆਂ ਜ਼ਬਾਨਾਂ ਨੇ ਉਸ ਦੇ ਲਫ਼ਜ਼ ਨੇ, ਔਰ ਬਹੁਤ ਅਮੀਰ ਗੱਲ ਮੈਸੇਜ ਦੇ ਉੱਤੇ ਹੈ, ਰੱਬ ਨਾਲ ਜੋੜਨ ਦੇ ਉੱਤੇ ਹੈ, ਔਰ ਜਿਸ ਜਿਸ ਖਿੱਤੇ 'ਚ ਗੁਰੂ ਸਾਹਿਬ ਗਏ, ਜਿੱਥੇ ਉਸ ਵੇਲੇ ਦਾ ਇਹ ਇੱਕ ਲਿਟਰਰੀ ਸਟਾਈਲ ਸੀ ਜਿਹੜਾ ਗੁਰੂ ਸਾਹਿਬ ਨੇ ਇਸ ਡਿਵਾਈਨ ਬਾਣੀ ਜਿਹੜੀ ਤੁਰਕੀ ਬਾਣੀ ਦੇ ਵਿੱਚ ਲਿਆਂਦਾ, ਉੱਥੇ ਲੋਕਲ ਲਫ਼ਜ਼ਾਂ ਨੂੰ ਵੀ ਉਸ ਰੱਬੀ ਸੁਨੇਹ ਦੇ ਦਾ ਹਿੱਸਾ ਬਣਾਇਆ, ਔਰ ਅੱਜ ਜਿਹੜਾ ਅਸੀਂ ਇਹ ਕਾਫੀਆਂ ਵਾਲਾ ਸੂਹੀ ਰਾਗ ਦਾ ਪੰਜਵੇਂ ਪਾਤਸ਼ਾਹ ਦਾ ਸ਼ਬਦ ਪੜ੍ਹ ਰਹੇ ਹਾਂ, ਇਸ ਦੇ ਵਿੱਚ ਸਿੰਧੀ ਜ਼ਬਾਨ, ਕਿਉਂਕਿ ਸਿੰਧ ਇੱਕ ਵੱਡਾ ਸੂਬਾ ਔਰ ਉਹਦੀ ਜ਼ਬਾਨ ਵੀ ਬੜੀ ਅਮੀਰ ਪੁਰਾਣੀ ਸਿਵਿਲਾਈਜੇਸ਼ਨ ਦਾ ਹਿੱਸਾ, ਜਦੋਂ ਅਸੀਂ ਇੰਡਸ ਵੈਲੀ ਸਿਵਿਲਾਈਜੇਸ਼ਨ ਦੇਖਦੇ ਹਾਂ, ਔਰ 4-5 ਹਜ਼ਾਰ 6 ਹਜ਼ਾਰ ਸਾਲ ਪੁਰਾਣੀ, ਉਹ ਵੀ ਉਸਦਾ ਕਾਫੀ ਹਿੱਸਾ ਸਿੰਧ ਦੇ ਵਿੱਚ ਲਰਕਾਨਾ ਔਰ ਦੂਸਰੇ ਖਿੱਤੇ ਦੇ ਵਿੱਚ ਅੱਜ ਵੀ ਉਸ ਦੀਆਂ ਯਾਦਾਂ ਨੇ, ਔਰ ਇਹ ਰੱਬ ਦੇ ਅੱਗੇ ਆਜ਼ਿਜ਼ੀ ਦੇ ਨਾਲ ਗੁਜ਼ਾਰਿਸ਼, ਬੇਨਤੀ, ਅਰਜੋਈ ਕਰਨ ਵਾਲਾ ਸ਼ਬਦ ਹੈ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਦੇ ਨਾਲ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹੀਂ ਜੀ ਕਾਢੀਆਂ, ਜਿਨ੍ਹਾਂ ਨਿਹੋ ਦੁਜਾਣੇ ਲੱਗਾ ਝੂਰ ਮਰੋ ਸੇ ਵਾਢੀਆਂ,
ਕਿ ਹੇ ਮੇਰੇ ਹੁਣ ਅੱਜ ਵੀ ਤੁਸੀਂ ਜਦੋਂ ਸਿੰਧੀਆਂ ਨੂੰ ਬੋਲੀ ਬੋਲਦਿਆਂ ਦੇਖੋਗੇ ਤਾਂ ਉਹ ਸਾਈਂ ਲਫ਼ਜ਼ ਬਹੁਤ ਇਸਤੇਮਾਲ ਕਰਦੇ ਨੇ, ਹੈਂਜੀ, ਅਤੇ ਇਸ ਤੋਂ ਹੀ ਗੁਰੂ ਸਾਹਿਬ ਨੇ ਸ਼ੁਰੂ ਹੀ ਕਿ ਜੇ ਭੁੱਲੀ ਜੇ ਚੁੱਕੀ ਸਾਈਂ। ਹੁਣ ਸਾਈਂ ਮਾਲਕ ਦੇ ਲਈ ਵੀ ਹੈ, ਸਾਈਂ ਪਤੀ ਦੇ ਲਈ ਵੀ ਹੈ, ਸਾਈਂ ਵੱਡੇ ਨੂੰ ਸਤਿਕਾਰ ਦੇਣ ਲਈ ਵੀ ਹੈ। ਸੋ ਇਹ ਰੱਬ ਦੇ ਲਈ ਹੈ ਕਿ ਇਹ ਰੂਹ ਰੱਬ ਦੇ ਅੱਗੇ ਆਜ਼ੀ ਦੇ ਨਾਲ ਇਹ ਬੇਨਤੀ ਕਰਦੀ ਹੈ, ਅਰਦਾਸ ਕਰਦੀ ਹੈ, ਮੰਗ ਕਰਦੀ ਹੈ, ਜੇ ਭੁੱਲੀ, ਜੇ ਮੈਂ ਭੁੱਲ ਗਈ ਹਾਂ, ਮੇਰੇ ਤੋਂ ਗਲਤੀ ਹੋਈ ਹੈ, ਕੋਈ ਚੂਕ ਹੋਈ ਹੈ, ਜੇ ਭੁੱਲੀ ਜੇ ਚੁੱਕੀ ਸਾਈਂ, ਚੂਕ ਹੁੰਦਾ ਉਕਾਈਆਂ ਹੋਣੀਆਂ, ਉਕਾਈ ਹੋਣੀ, ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ, ਉਕਾਈ ਹੋਈ ਹੈ, ਕੋਈ ਭੁੱਲ ਹੋਈ ਹੈ, ਭੀ ਤਹਿੰਜੀ ਕਾਢੀਆਂ, ਤਹਿੰਜੀ ਹੈ ਤੇਰੀ, ਕਾਢੀਆਂ ਅਖਵਾਉਂਦੀ ਹੈ, ਪਰ ਮੈਨੂੰ ਜਿਹਨੇ ਵੀ ਕਹਿਣਾ ਉਹਨਾਂ ਨੇ ਤੇਰੀ ਕਹਿਣਾ, ਵੀ ਫਿਰ ਤੇਰੇ 'ਤੇ ਹੀ ਆਏਗੀ ਗੱਲ, ਹਾਂ ਤਾਂ ਮੈਂ ਤੇਰੀ। ਸੋ ਜੇ ਭੁੱਲੀ ਜੇ ਚੁੱਕੀ ਸਾਈਂ, ਹੇ ਮੇਰੇ ਮਾਲਕ, ਜੇ ਮੈਂ ਭੁੱਲ ਵੀ ਗਈ, ਕੋਈ ਮੇਰੇ 'ਚ ਉਕਾਈ ਵੀ ਹੈ, ਭੀ ਤਹਿੰਜੀ ਕਾਢੀਆਂ ਕਹਾਂਦੀ ਤਾਂ ਮੈਂ ਤੇਰੀ ਹੈ, ਜਿਹਨਾਂ ਨੇਹੋ ਦੁਜਾਣੇ ਲੱਗਾ ਝੂਰ ਮਰੇ ਸੇ ਵਾਢੀਆਂ, ਕਿ ਮੈਂ ਤੇਰੀ ਹੈ, ਤੇਰੇ ਬਿਨਾਂ ਹੋਰ ਕਿਸੇ ਦੀ ਨਹੀਂ ਹੈ, ਇਹ ਰੂਹ ਰੱਬ ਨੂੰ ਕਹਿ ਰਹੀ ਹੈ। ਪਰ ਜਿਹੜੀ ਹੁਣ ਇਹਦੇ 'ਚ ਉਹ ਹਿਊਮਨ, ਕਿਉਂਕਿ ਜਦੋਂ ਬੰਦੇ ਉਦੋਂ ਵੀ ਅੱਜ ਵੀ ਪਰਦੇਸ ਜਾਂਦੇ ਸੀ ਕਮਾਈ ਦੇ ਲਈ, ਬਾਰੀ ਬਰਸੀ ਖੱਟਣ ਗਿਆ ਸੀ, ਕਈ ਕਈ ਮੁੜਦੇ ਨਹੀਂ ਸੀ, ਔਰ ਉਸ ਦੌਰ ਦੇ ਵਿੱਚ ਜਿਹੜੀ ਮੁਹੱਬਤ ਹੈ, ਜੇ ਉਹਦੇ 'ਚ ਕੋਈ ਕਮੀ ਆਈ, ਇੱਕ ਨੂੰ ਛੱਡ ਕੇ ਕਿਸੇ ਦੂਸਰੇ ਦੇ ਨਾਲ ਜਿਹੜਾ ਹੈ ਉਹ ਤੁਹਾਡਾ ਸੰਬੰਧ ਜੁੜਿਆ, ਅਤੇ ਉਸ ਨੂੰ ਦੁਜਾਣਾ ਕਿ ਦੂਸਰੀ ਥਾਂ 'ਤੇ, ਕਿ ਜਿਹਨਾਂ ਨੇਹੋ ਦੁਜਾਣੇ ਲੱਗਾ ਝੂਰ ਮਰੇ ਸੇ ਵਾਢੀਆਂ, ਕਿ ਉਹ ਛੁੱਟਣਾ, ਉਹ ਪਰਦੇਸਣਾ ਝੂਰ ਕੇ ਮਰ ਜਾਣ, ਜਿਹੜੀਆਂ ਇੱਕ ਨੂੰ ਛੱਡ ਕੇ ਦੂਸਰੇ ਦੇ ਨਾਲ ਲੱਗੀਆਂ ਨੇ, ਕਿ ਜਿਹੜੀ ਇੱਕ ਰੱਬ ਦੀ ਮੁਹੱਬਤ ਤੋਂ ਬਿਨਾਂ ਦੁਨਿਆਵੀ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਨੇ ਝੂਰ ਮਰੇ ਸੇ ਵਾਢੀਆਂ, ਉਹ ਝੂਰ ਕੇ ਮਰ ਜਾਣ, ਅਤੇ ਮੈਂ ਤਾਂ ਜੇ ਭੁੱਲੀ ਜੇ ਚੁੱਕੀ ਸਾਈਂ, ਭੀ ਤਹਿੰਜੀ ਕਾਢੀਆਂ, ਕਿ ਮੈਂ ਭਾਵੇਂ ਭੁੱਲੀ ਹੈ, ਭਾਵੇਂ ਉਕਾਈਆਂ ਕਰਦੀਆਂ, ਹਾਂ ਤੇਰੀ ਹੈ ਵਾਹਿਗੁਰੂ। ਹੋ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਇਹ ਰਹਾਉ ਦੀ ਤੁੱਕ ਹੈ, ਪਾਸਰਾ ਸੋਹਣਾ ਪਾਸਾ, ਇਹ ਵੀ ਸਿੰਧੀ ਦਾ ਲਫ਼ਜ਼ ਹੈ, ਕਿ ਮੈਂ ਆਪਣੇ ਸੋਹਣੇ ਪਿਆਰੇ ਨੂੰ ਨਹੀਂ ਛੱਡਣਾ ਹੈ, ਕਦੇ ਵੀ ਤੇਰੇ ਪਾਸਿਓਂ ਮੈਂ ਦੂਰ ਨਹੀਂ ਹੋਣਾ, ਮੈਂ ਤੇਰੇ ਪਾਸੇ ਨਾਲ ਹੀ ਲੱਗੀ ਹੋਈ ਹਾਂ। ਹੋ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਮਹਿੰਜਾ ਮੇਰਾ, ਕਿ ਤੂੰ ਮੇਰਾ ਪਿਆਰਾ ਹੈ ਵਾਹਿਗੁਰੂ, ਤੂੰ ਹੀ ਮੇਰਾ ਆਸਰਾ ਹੈ, ਮੈਂ ਤੇਰਾ ਦਰ ਛੱਡ ਕੇ ਕਿੱਥੇ ਜਾਵਾਂ, ਮੈਂ ਤੇਰੇ ਨਾਲ ਹੀ ਲੱਗੇ ਰਹਿਣਾ, ਇਹ ਰੂਹ ਉਸ ਵਾਹਿਗੁਰੂ ਦੇ ਨਾਲ ਜੁੜ। ਸੱਜਣ ਤੂੰ ਹੈ ਸਹਿਣ ਤੂੰ, ਮੈਂ ਤੁਝ ਉੱਪਰ ਬਹੁ ਮਾਣੀਆਂ, ਜਾ ਤੂੰ ਅੰਦਰ ਤਾਂ ਸੁੱਖੇ, ਤੂੰ ਨਿਮਾਣੀ ਮਾਣੀਆਂ। ਤੂੰ ਹੀ ਮੇਰਾ ਸੱਜਣ ਹੈ, ਸਹਿਣ ਹੁੰਦਾ ਦੋਸਤ ਅਤੇ ਸੰਬੰਧੀ, ਸੱਜਣ ਹੈ ਦੋਸਤ, ਤੂੰ ਹੀ ਮੇਰਾ ਦੋਸਤ ਹੈ, ਤੂੰ ਹੀ ਮੇਰਾ ਸੰਬੰਧੀ ਹੈ, ਮੈਨੂੰ ਤੇਰੇ 'ਤੇ ਬਹੁਤ ਮਾਣ ਹੈ, ਹੇ ਵਾਹਿਗੁਰੂ ਮੈਂ ਤੇਰੇ ਮਾਣ 'ਤੇ ਉੱਤੇ ਬਹੁਤ ਮਾਣ ਕਰਦੀ ਹਾਂ। ਜਾ ਤੂੰ ਅੰਦਰ ਤਾਂ ਸੁੱਖ ਹੈ, ਜੇ ਤੂੰ ਮੇਰੇ ਅੰਦਰ ਵੱਸਦਾ ਹੈ, ਹੇ ਵਾਹਿਗੁਰੂ, ਫਿਰ ਮੈਨੂੰ ਸੁੱਖ ਮਿਲਦਾ, ਤੂੰ ਨਿਮਾਣੀ ਮਾਣੀ ਹੈ, ਤੂੰ ਹੀ ਮੇਰੀ ਨਿਮਾਣੀ ਦਾ ਮਾਣ ਹੈ। ਜੇ ਤੂੰ ਵੁੱਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾਲ, ਇਹ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਕਿ ਜੇ ਹੇ ਨਿਦਾਨ ਹੁੰਦਾ ਖਜ਼ਾਨਾ, ਹੇ ਕਿਰਪਾ ਦੇ ਖਜ਼ਾਨੇ, ਹੇ ਵਾਹਿਗੁਰੂ, ਜੇ ਤੂੰ ਤੁੱਠੇ, ਤੁੱਠਾ ਹੁੰਦਾ ਵੀ ਗ੍ਰੇਸ 'ਚ ਆਉਣਾ, ਬਖਸ਼ਿਸ਼ 'ਚ ਆਉਣਾ, ਦਿਆਲ ਹੋਣਾ, ਔਰ ਗਿਵਿੰਗ ਜਿਹੜਾ ਟੋਨ ਦਾ ਬਣਨਾ, ਜੇ ਤੂੰ ਤੁੱਠਾ, ਹੇ ਵਾਹਿਗੁਰੂ ਜੇ ਤੂੰ ਸੱਚਮੁੱਚ ਤੁੱਠਾ, ਕਿਰਪਾ ਨਿਦਾਨ, ਕਿਰਪਾ ਦੇ ਖਜ਼ਾਨੇ, ਤਾਂ ਫਿਰ ਇਵੇਂ ਕਰ, ਨਾ ਦੂਜਾ ਵੇਖਾਲ, ਮੈਨੂੰ ਆਪਣੇ ਨਾਲੋਂ ਨਾ ਤੋੜੀ, ਕਿਸੇ ਹੋਰ ਵੱਲ ਨਾ ਧੱਕੀ, ਨਾ ਇਹ ਪਾਈ ਮੂੰਹ ਦਾਤੜੀ,
ਮੂੰਹ ਦਾ ਮਤਲਬ ਮੈਂ, ਦਾਤੜੀ ਹੈ ਸੋਹਣੀ ਦਾਤ, ਕਿ ਹੇ ਵਾਹਿਗੁਰੂ ਤੂੰ ਮੈਨੂੰ ਮਿਲਿਆ, ਇਹੀ ਮੇਰੀ ਸੋਹਣੀ ਦਾਤ ਹੈ, ਇਹੀ ਕਿਰਪਾ ਕਰੀ ਨਿੱਤ ਹਿਰਦੇ ਰੱਖਾਂ ਸੰਭਾਲ, ਕਿ ਮੈਂ ਤੈਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਰੱਖਾਂ, ਤੂੰ ਮੇਰਾ ਹਮੇਸ਼ਾ ਸਹਾਰਾ ਰਹਿ, ਹੋ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ, ਕਿ ਮੈਂ ਤੇਰਾ ਸੋਹਣਾ ਪਾਸਾ ਕਦੇ ਨਾ ਛੱਡਾਂ, ਤੂੰ ਰੰਗੀਲਾ, ਤੂੰ ਸੋਹਣਾ, ਤੂੰ ਆਨੰਦ ਦੇਣ ਵਾਲਾ, ਤੂੰ ਹੀ ਮੇਰਾ ਸਹਾਰਾ। ਜੀ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਅਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਰਸ ਕਹਿੰਦੇ ਨੇ ਇਜਾਜ਼ਤ। ਵਿਊਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਇੱਕ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਅਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ 'ਤੇ SOSATV4.TV 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣਾ ਸੁਣਾ ਗਿਆ ਦਿਓ, ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।